ਕੱਲ੍ਹ ਦੀ ਇੱਕ ਜਿਹੜੀ ਘਟਨਾ ਵਾ, ਕੰਗਨਾ ਰਣੌਤ ਅਤੇ ਕੁਲਵਿੰਦਰ ਕੌਰ ਦੇ ਵਿੱਚ ਚੱਲ ਰਹੀ ਆ। ਕੁਲਵਿੰਦਰ ਕੌਰ ਜਿਹੜੇ ਆ ਉਹ ਮੇਰੇ ਛੋਟੇ ਭੈਣ ਜੀ ਆ, ਔਰ ਅਸੀਂ 6 ਭੈਣ ਭਰਾ ਵਾਂ। ਉਹ ਮੇਰੇ ਤੋਂ ਛੋਟੇ ਆ ਅਤੇ ਉਹ ਆਪਣੀ ਜਿਹੜੀ ਡਿਊਟੀ ਆ ਉਹ ਚੰਡੀਗੜ੍ਹ ਉਹਨਾਂ ਦੀ ਏਅਰਪੋਰਟ 'ਤੇ ਆ। ਔਰ ਜਿਹੜੀ ਇਹ ਕੱਲ੍ਹ ਗੱਲ ਆਈ ਆ, ਜਿੰਨੀ ਕੁ ਸਾਡੇ ਕੋਲ ਜਾਣਕਾਰੀ ਆ ਕਿ ਜਦੋਂ ਕੰਗਨਾ ਰਣੌਤ ਜੀ ਆਏ ਆ ਅਤੇ ਉਹਨਾਂ ਨੇ ਕੁਲਵਿੰਦਰ ਕੌਰ ਨੇ ਕਿਹਾ ਵੀ ਤੁਸੀਂ ਆਪਣਾ ਪਰਸ ਅਤੇ ਜਿਹੜਾ ਤੁਹਾਡਾ ਫੋਨ ਆ ਉਹਨੂੰ ਸਕੈਨਰ ਦੇ ਵਿੱਚ ਦੀ ਜਿਹੜਾ ਉਹ ਨਿਭਾਉਣਾ ਵਾ। ਇਹ ਤੋਂ ਲੈ ਕੇ ਜੇ ਕੰਗਨਾ ਰਣੌਤ ਜੀ ਜਿਹੜੇ ਆ, ਜਿਹੜਾ ਉਹਨਾਂ ਦਾ ਅੱਗੇ ਵੀ ਜਿੱਦਾਂ ਦੀ ਉਹ ਗੱਲ ਕਰਦੇ ਆ, ਅਤੇ ਉਹਨਾਂ ਦੇ ਵਿੱਚ ਜਿਹੜੀ ਆ ਤੂੰ ਤੂੰ ਮੈਂ ਹੋਈ ਆ, ਇਹਨੂੰ ਲੈ ਕੇ ਜਿਹੜਾ ਵਾ ਉਹ ਸਾਰੀ ਗੱਲਬਾਤ ਹੋਈ ਆ। ਔਰ ਦੂਸਰੇ ਬੰਨੇ ਇਹ ਕਿਹਾ ਜਾ ਰਿਹਾ ਵਾ ਕਿ ਕੰਗਨਾ ਰਣੌਤ ਦੇ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਿਆ ਗਿਆ ਵਾ। ਅਸੀਂ ਕਹਿੰਦੇ ਹਾਂ ਵੀ ਜੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਵਾ ਉਹਦੀ ਸਾਨੂੰ ਕੋਈ ਵੀਡੀਓ ਆਵੇ, ਕੋਈ ਬਾਹਰ ਕੋਈ ਗੱਲ ਆਉਣੀ ਚਾਹੀਦੀ ਆ। ਦੂਸਰੇ ਬੰਨੇ ਜਿਹੜੀ ਕੰਗਨਾ ਰਣੌਤ ਜੀ ਆ, ਅਸੀਂ ਉਹਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਜਦੋਂ ਪਹਿਲਾਂ ਐਕਟਰ ਸੀਗੇ ਤੁਹਾਡੀਆਂ ਜੋ ਤੁਸੀਂ ਕਹਿੰਦੇ ਸੀ ਲੋਕ ਜਰ ਜਾਂਦੇ ਸੀ, ਪਰ ਤੁਸੀਂ ਇਸ ਟਾਈਮ ਐਮ ਪੀ ਬਣ ਚੁੱਕੇ ਜੋ, ਪਰ ਜਿਹੜੀ ਤੁਹਾਡੀ ਸ਼ਬਦਾਵਲੀ ਆ ਉਹ ਵੀ ਚੰਗੀ ਨਹੀਂ ਗੀ। ਤੁਸੀਂ ਕਦੀ ਕਿਸਾਨਾਂ ਬਾਰੇ ਬੁਰਾ ਬੋਲਦੇ ਜੋ, ਕਦੇ ਸਾਡੀਆਂ ਬੀਬੀਆਂ ਭੈਣਾਂ ਨੂੰ ਟਕੇ ਟਕੇ ਦੀਆਂ ਦੱਸਦੇ ਜੋ, ਕਦੇ 100-100 ਰੁਪਈਏ ਦੇ ਦਿਹਾੜੀ ਜਿਹੜੇ ਆਏ ਆ ਉਹਨਾਂ ਉਹ ਦੱਸਦੇ ਜੋ। ਇਸ ਕਰਕੇ ਜਿਹੜਾ ਕੰਗਨਾ ਰਣੌਤ ਜੀ ਵੱਲੋਂ ਇੱਕ ਬਿਆਨ ਆਇਆ ਵਾ ਵੀ ਕੌਰ ਖਾਲਿਸਤਾਨੀ ਇਹ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਜਿਹੜਾ ਵਾ ਉਹਨੂੰ ਉਹ ਤੋਂ ਖਤਰਾ ਵਾ, ਅਸੀਂ ਮੰਗ ਕਰਦੇ ਹਾਂ ਵੀ ਕੰਗਨਾ ਰਣੌਤ ਦੇ ਉੱਤੇ ਵੀ ਜਿਹੜਾ ਵਾ ਉਹ ਐਫ ਆਈ ਆਰ ਦਰਜ ਹੋਣੀ ਚਾਹੀਦੀ। ਦੇਖੋ ਜੇ ਮਹਿਕਮੇ ਵੱਲੋਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਵਾ, ਉਹਨਾਂ 'ਤੇ ਜਿਹੜੀ ਆ ਕਾਰਵਾਈ ਕੀਤੀ ਗਈ ਆ, ਤਾਂ ਕੰਗਨਾ ਰਣੌਤ 'ਤੇ ਵੀ ਬਰਾਬਰਤੀ ਹੋਣੀ ਚਾਹੀਦੀ ਆ। ਕਿਸੇ ਨੂੰ ਵੀ ਟਾਰਗੇਟ ਕਰਕੇ ਕਹਿਣਾ ਕੌਰ ਖਾਲਿਸਤਾਨੀ ਕੀ ਇਹ ਜਾਇਜ਼ ਆ, ਕੰਗਨਾ ਰਣੌਤ ਜੀ ਵੱਲੋਂ ਇਹ ਕਹਿਣਾ ਵੀ ਇਹ ਖਾਲਿਸਤਾਨੀ ਆ, ਅੱਤਵਾਦੀ ਆ, ਮਾਓਵਾਦੀ ਆ, ਇਹ ਪਾਕਿਸਤਾਨੀ ਆ, ਇਹ ਕਹਿਣਾ ਕਿ ਗੰਦੀ ਨਾਲੀ ਦੇ ਕੀੜੇ ਆ, ਇਹ ਜਾਇਜ਼ ਆ? ਇਹ ਵੀ ਜਿਹੜਾ ਕੰਗਨਾ ਰਣੌਤ ਜੀ ਨੂੰ ਵੀ ਜਿਹੜਾ ਵਾ ਉਹ ਜਿਹੜੇ ਬਿਆਨ ਆ ਉਹ ਸੋਚ ਸਮਝ ਕੇ ਦੇਣੇ ਚਾਹੀਦੇ ਆ। ਦੇਖੋ ਜੀ ਜਦੋਂ ਇਹ ਗੱਲ ਆਈ ਆ, ਅਸੀਂ ਕਿਸਾਨੀ ਦੇ ਨਾਲ ਜੁੜੇ ਹੋਏ ਹਾਂ, ਔਰ ਜਦੋਂ ਇਹ ਗੱਲ ਆਈ ਆ ਤਾਂ ਪੂਰਾ ਦੇਸ਼ ਜਿਹੜਾ ਵਾ ਉਹ ਕੁਲਵਿੰਦਰ ਕੌਰ ਦੇ ਨਾਲ ਖੜਾ ਵਾ, ਅਤੇ ਅਸੀਂ ਪਰਿਵਾਰ ਵੱਲੋਂ ਪੂਰਾ ਡਟ ਕੇ ਜਿਹੜਾ ਉਹਨਾਂ ਦੇ ਨਾਲ ਖੜੇ ਹਾਂ, ਕਿਸੇ ਵੀ ਤਰ੍ਹਾਂ ਦਾ ਕੋਈ ਧੱਕਾ ਨਹੀਂ ਹੋਣ ਦਿਆਂਗੇ। ਆਉਣ ਵਾਲੇ ਸਮੇਂ ਦੇ ਵਿੱਚ ਕੁਲਵਿੰਦਰ ਕੌਰ ਜਿਹੜੇ ਆ ਉਹ ਫਿਰ ਆਪਣੀ ਡਿਊਟੀ 'ਤੇ ਜਿਹੜੇ ਇਸੇ ਤਰ੍ਹਾਂ ਤੈਨਾਤ ਰਹਿਣਗੇ। ਸੂਬਾ ਪ੍ਰਧਾਨ ਜੀ ਨਾਲ ਜਿਹੜੀ ਵੀ ਗੱਲਬਾਤ ਹੋਈ ਆ ਉਹਨਾਂ ਨੇ ਤੁਹਾਡੇ ਨਾਲ ਸਾਰੀ ਜਿਹੜੀ ਉਹ ਸ਼ੇਅਰ ਕਰ ਦਿੱਤੀ ਆ ਵੀ ਦੋਵਾਂ ਫੋਰਮਾਂ ਵੱਲੋਂ ਜਿਹੜਾ ਵਾ ਉਹ ਵਿਚਾਰ ਵਟਾਂਦਰਾ ਕਰ ਲਿੱਤਾ ਵਾ ਵੀ ਜੇ ਪੰਜਾਬ ਸਰਕਾਰ ਵੀ ਕੋਈ ਧੱਕਾ ਕਰਦੀ ਆ, ਕਿਉਂਕਿ ਅੱਗੇ ਪੰਜਾਬ ਸਰਕਾਰ ਹਰਿਆਣੇ ਦੀ ਸਰਕਾਰ ਨੇ ਆਣ ਕੇ ਅਤੇ ਪੰਜਾਬ ਦੇ ਵਿੱਚ ਸ਼ੁਭ ਕਰਨ ਸਿੰਘ ਨੂੰ ਜਿਹੜਾ ਉਹ ਸ਼ਹੀਦ ਕੀਤਾ ਵਾ, ਸਾਡੇ ਕਿਸਾਨ ਜਿਹੜੇ ਉਹ ਕੁੱਟੇ ਮਾਰੇ ਆ, ਅਤੇ ਜਿਹੜੀ ਭਗਵੰਤ ਮਾਨ ਸਰਕਾਰ ਆ ਇਹ ਵੀ ਕਿਤੇ ਨਾ ਕਿਤੇ ਕੇਂਦਰ ਦੇ ਥੱਲੇ ਉਹਨਾਂ ਦਾ ਸਾਊ ਪੁੱਤ ਬਣ ਕੇ ਜਿਹੜੀ ਉਹ ਚੱਲ ਰਹੀ ਆ। ਪਰ ਅਸੀਂ ਕਹਿਣਾ ਚਾਹੁੰਦੇ ਹਾਂ ਭਗਵੰਤ ਮਾਨ ਜੀ ਨੂੰ ਵੀ ਵੀ ਇਹ 'ਤੇ ਉਹਨਾਂ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਵਾ, ਅਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਾਰਵਾਈ ਕਰਨ ਤੋਂ ਪਹਿਲਾਂ ਜਿਹੜਾ ਵਾ ਸੋਚਣਾ ਚਾਹੀਦਾ ਵਾ ਕਿ ਕਾਰਵਾਈ ਬਣਦੀ ਵੀ ਆ ਕਿ ਜਾਂ ਨਹੀਂ। ਇਹ ਨਹੀਂ ਵੀ ਉਹ ਐਮ ਪੀ ਆ ਕੰਗਨਾ ਰਣੌਤ ਜੀ ਅਤੇ ਤੁਸੀਂ ਕਹਿ ਦਿਓ ਕਿ ਥੱਪੜ ਮਾਰਿਆ ਵਾ, ਥੱਪੜ ਦੀ ਕੋਈ ਵਜ੍ਹਾ ਵੀ ਹੋ ਸਕਦੀ ਆ, ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹੇ ਆ। ਜਦੋਂ ਆਮ ਨਾਗਰਿਕ ਜਾਂਦਾ ਵਾ ਉਹਨਾਂ ਦੇ ਤਾਂ ਬੂਟਾਂ ਤੱਕ ਲਵਾ ਕੇ ਚੈੱਕ ਕੀਤਾ ਜਾਂਦਾ ਵਾ, ਅਤੇ ਜੇ ਐਮ ਪੀ ਆਇਆ ਜਾਂ ਕੋਈ ਵੱਡੇ ਲੋਕ ਆ ਕੀ ਪਤਾ ਕਿਸੇ ਦਾ ਕਦੋਂ ਮਨ ਬਦਲ ਜੇ, ਕਦੋਂ ਕੀ ਹੋ ਜੇ। ਇਸ ਕਰਕੇ ਉਹਨਾਂ ਨੇ ਆਪਣੀ ਜਿਹੜੀ ਡਿਊਟੀ ਆ ਇਮਾਨਦਾਰੀ ਦਾ ਨਿਭਾਈ ਆ, ਸਾਨੂੰ ਆਪਣੀ ਭੈਣ 'ਤੇ ਪੂਰਾ ਮਾਣ ਆ, ਅਸੀਂ ਮਾਣ ਕਰਦੇ। ਜੋ ਵੀ ਕੱਲ ਏਅਰਪੋਰਟ 'ਤੇ ਹੋਇਆ ਉਹਨੇ ਠੀਕ ਕੀਤਾ, ਬਾਕੀ ਦੂਜਾ ਜੋ ਪਰਿਵਾਰ ਆ ਜੋ ਜਸੇ ਬੰਦੀ ਆ ਉਹਦੇ ਨਾਲ ਆ ਆਖੇ ਹੁਣ। ਪਰ ਮੇਰੀ ਬੇਟੀ ਇੱਦਾਂ ਦੀ ਨਹੀਂ, ਮੈਂ ਨਹੀਂ ਮੰਨਦੀ ਇਹਨੂੰ ਜਿੰਨਾ ਚਿਰ ਮੈਂ ਆਪਣੀ ਅੱਖੀਂ ਨਹੀਂ ਵੇਖਦੀ, ਅਤੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਮੈਂ ਕੁਛ ਨਹੀਂ ਦੱਸ ਸਕਦੀ, ਮੈਂ ਕੁਛ ਨਹੀਂ ਕਹਿ ਸਕਦੀ। ਜਾਂ ਮੈਨੂੰ ਤੁਹਾਡੇ ਪਰਿਵਾਰ ਦਾ ਪਿਛੋਕੜ ਕੀ ਹੈਗਾ, ਸੁਣਨ ਚ ਆਇਆ ਸੀ ਕਿ ਤੁਹਾਡੇ ਪਰਿਵਾਰ ਦੇ ਵਿੱਚ 4 ਔਰ 5 ਬੰਦੇ ਜਿਹੜੇ ਆ ਉਹ ਭਾਰਤੀ ਫੌਜ ਦੇ ਨਾਲ ਹੈਗੇ ਆ। ਕੌਣ ਕੌਣ ਹੈਗੇ? ਇੱਕ ਮੇਰਾ ਭਣਵਈਆ, 2 ਮੇਰੇ ਜੇਠ ਲੱਗਦੇ ਜੇਠ ਹੀ ਆ, ਇੱਕ ਜੇਠ ਮੇਰਾ ਪੂਰਾ ਗਿਆ, ਇੱਕ ਜਲੰਧਰ ਆ, ਇੱਕ ਕਰਤਨ ਸਾਹਿਬ ਪਿੰਡ ਆ, ਤੇ ਬਾਕੀ ਹੁਣ ਮੇਰੇ ਭਤੀਜਾ ਵੀ ਫੌਜ ਦੇ ਵਿੱਚ ਆ,
ਬਾਕੀ ਉਹ ਮੇਰੇ ਜਵਾਈ ਵੀ ਦੂਜਾ ਮੇਰਾ ਹੈਗੇ ਆ ਭਣੇਵੇਂ ਜਵਾਈ ਮੇਰੇ ਸਾਰਾ ਪਰਿਵਾਰ ਸਾਡਾ ਕੱਤਰ ਦੀ ਲੜਾਈ ਪੈਣ ਦੀ ਲੜਾਈ ਜੋ ਜੰਗ ਜਿੱਤਿਆ ਉਹ ਮੇਰੇ ਜੇਠਾਂ ਨੇ ਉੱਥੇ ਦੂਜਾ ਉਸ ਟਾਈਮ ਤੇ ਪੱਤੇ ਖਾ ਖਾ ਕੇ ਪਿੱਪਲਾਂ ਦੇ ਤੇ ਦੂਜਾ ਭੁੱਖੇ ਤੇ ਆਏ ਉੱਥੇ ਦੂਜਾ ਲੜਦੇ ਰਹੇ ਜੰਗ ਕੋਈ ਇਹੋ ਜਿਹੀ ਸਾਨੂੰ ਗੱਲ ਦੀ ਕੋਈ ਸ਼ਿਕਾਇਤ ਨਹੀਂ ਆਈ ਮੇਰੀ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਨੂੰ ਅਜੇ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖਦੀ ਸੁਣਨ ਤੁਸੀਂ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਦੇਰ ਰਹੇ ਤੇ ਤੁਹਾਡੀਆਂ ਕੀ ਕੀ ਡਿਮਾਂਡਾਂ ਸੀਗੀਆਂ ਜੀ ਮੇਰੀਆਂ ਡਿਮਾਂਡਾਂ ਇਹੋ ਸੀਗੀਆਂ ਸਾਨੂੰ ਖਰਾਬਾ ਮਿਲੇ ਕਿਉਂ ਸਾਡੀਆਂ ਫਸਲਾਂ ਰੁੜੀਆਂ ਵਾ ਇਹਨਾਂ ਦਾ ਨੁਕਸਾਨ ਕੋਈ ਹੋਇਆ ਉਹ ਮਿਲੇ ਸਾਡੀਆਂ ਜ਼ਮੀਨਾਂ ਜਿਹੜੀਆਂ ਪੱਕੀਆਂ ਹੋਈਆਂ ਨਾ ਕੱਚੀਆਂ ਕੀਤੀਆਂ ਉਹ ਸਾਡੀਆਂ ਮਾਲਕੀਆਂ ਬਣ ਜਾਣ ਕੁਲਵਿੰਦਰ ਨੇ ਵੀ ਕੱਲ੍ਹ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖੀ ਹੋ ਪਤਾ ਲੱਗਾ ਜਦੋਂ ਮੈਂ ਘਰੇ ਆਈ ਆ ਜਦੋਂ ਇੱਥੇ ਤੁਸੀਂ ਆਏ ਤੁਸੀਂ ਸ਼ਾਮੇ ਮੈਨੂੰ ਨੀ ਪਤਾ ਲੱਗਾ ਇਹਨਾਂ ਦੱਸਿਆ ਹੀ ਨੀਗਾ ਹਾਂ ਮੈਨੂੰ ਨੀ ਦੱਸਿਆ ਕੱਲ ਫੁੱਲ ਸੀ ਮੈਂ ਉੱਥੇ ਚੱਲ ਗਈ ਮੈਂ ਘਰੇ ਨਹੀਂ ਸੀ ਹਜੇ ਜਿਗਰ ਤੇ ਉਹਨੇ ਕਰਨਾ ਸੀ ਮਾਂ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਕਹਿਤਾ 100 ਰੁਪਏ ਦੇ ਲੈ ਕੇ ਤੇ ਉਹ ਧਰਨੇ ਤੇ ਜਾਂਦੀਆਂ ਦਿਹਾੜੀ ਦੀ ਦਵਾਨੀ ਦੀ ਮੈਂ ਦਵਾਨੀ ਦੀ ਹੋ ਗਈ ਆ ਹੈਂ ਜਦੋਂ ਉਹ ਪਾਣੀਆਂ ਦੇ ਵਿੱਚ ਛੰਨਾ ਗੋਹੇ ਵਾਲਿਆਂ ਦੇ ਵਿੱਚ ਮੈਂ ਜਨਮ ਦਿੱਤਾ ਸਭ ਕੁਛ ਕੀਤਾ ਆਹ ਜਿਹੜਾ ਪ੍ਰਧਾਨ ਮੈਂ ਇਹ ਵੀ ਇੱਕ ਪਾਸੇ ਦੂਜਾ ਪਹੂ ਤੇ ਇੱਕ ਪਾਸੇ ਦੂਜਾ ਹੀ ਗੰਦ ਤੇ ਇੱਥੇ ਦੂਜਾ ਪਾਣੀ ਘੇਰ ਘੇਰ ਮੇਰੇ ਫਿਰਦਾ ਸੀ ਤੇ ਕਾਹ ਕਰਨੇ ਦੇ ਵਿੱਚ ਮੇਰੀ ਬੇਟੀ ਪੜ੍ਹਨ ਸਕੂਲੇ ਜਾਂਦੀ ਰਹੀ ਉਦੋਂ ਕੋਈ ਮੈਨੂੰ ਸ਼ਿਕਾਇਤ ਨਾ ਆਈ ਨਾ ਮੈਨੂੰ ਕੋਈ ਲਾਮਾ ਆਇਆ ਅੱਜ ਜੇ ਉਹਨੂੰ ਕਿਹਾ ਕੁਛ ਤੇ ਫੇਰ ਜੇ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖਦੀ ਉਨ ਚਿਰ ਮੈਂ ਕੋਈ ਸੱਚ ਨਹੀਂ ਮੰਨਦੀ ਮੈਨੂੰ ਵਿਖਾਇਆ ਜਾਵੇ ਥੱਪੜ ਵੀ ਮਾਰਿਆ ਵਾ ਤੇ ਕਿੱਦਾਂ ਮਰਜ਼ੀ ਦੱਸੋ ਮੈਂ ਉਹ ਗਲਤੀ ਉਹ ਮੈਂ ਪਰ ਜੇ ਨਹੀਂ ਮੇਰੀ ਧੀ ਨੇ ਕੀਤੀ ਤੇ ਮੈਂ ਅਨੀ ਨਹੀਂ ਕੀਤੀ ਕੁਛ ਕਿਹਾ ਹੋਊਗਾ ਉਹਦੀ ਇਹੋ ਜਿਹੀ ਗੱਲ ਨੀ ਕਿ ਉਹ ਕਾਹ ਲਿਆਉਣ ਵਾਲੀ ਨੀ ਕਿ ਜਾਂ ਉਹਨੇ ਨਹੀਂ ਕਿਹਾ ਉਹਨੇ ਕੁਛ ਪਹਿਲਾਂ ਕਿਹਾ ਹੋਊਗਾ ਕੰਗਣਾ ਨੇ ਤਾਂ ਲੱਗਦਾ ਕਿ ਕੰਗਣਾ ਨੇ ਉਹਨੂੰ ਉਕਸਾਇਆ ਹੋਊਗਾ ਉਹਨੂੰ ਕੁਛ ਬੋਲਿਆ ਇਸ ਤੋਂ ਬਾਅਦ ਗੁੱਸੇ ਜਾ ਕੇ ਉਹ ਕਦੀ ਕਹਿ ਦਿੱਤਾ ਏ ਆ ਵਾ ਕਦੀ ਕਹਿਤਾ ਏ 100 ਰੁਪਏ ਤੇ ਜਾਂਦੀਆਂ ਏ ਕਦੀ ਆਂਦੀਆਂ ਦੁੱਪੀ ਦੀਆਂ ਵਾ ਅਸੀਂ ਦੁੱਪੀ ਦੀਆਂ ਹੋ ਗਈਆਂ ਹੈਂ ਅਸੀਂ ਦੁੱਪੀ ਹੱਕ ਲੈਣ ਜਾਂਦੀਆਂ ਸੀ ਅਸੀਂ ਆਪਣੀਆਂ ਜਾਇਦਾਦਾਂ ਪਿੱਛੇ ਜਾਂਦੇ ਹਾਂ ਬੱਚਿਆਂ ਵਾਸਤੇ ਜਾਂਦੇ ਸੀ ਹੈਂ ਖਾਣ ਪੀਣ ਵਾਸਤੇ ਅਸੀਂ ਬੱਚਿਆਂ ਦੇ ਭਵਿੱਖ ਵਾਸਤੇ ਜਾਂਦੇ ਸੀ ਸਾਡਾ ਜੀ ਕਰਦਾ ਰੋੜਾਂ ਦੇ ਉੱਤੇ ਬਹਿਣ ਨੂੰ ਭੁੱਖਿਆਂ ਧਿਆਂ ਦਾ ਬਹਿਣ ਨੂੰ ਜੀ ਕਰਦਾ ਹੈਂ ਪਾਣੀ ਦੀ ਘੁੱਟ ਨੂੰ ਵੀ ਅਸੀਂ ਤਰਸਦੇ ਉੱਥੇ ਹੈਂ ਧੁੱਪੇ ਸੜਦੀਆਂ ਸਾਂ ਅਸੀਂ ਕਿੱਥੇ ਸਾਰੇ ਸਾਰਾ ਦਿਨ ਉੱਥੇ ਰੋਡਾਂ ਦੇ ਉੱਤੇ ਤੇ ਪੈਰਾਂ ਦੇ ਨੰਗੀ ਪੈਰੀ ਹੀ ਤੁਰੀਆਂ ਫਿਰਦੀਆਂ ਰਹੀਆਂ ਤੇ ਫਿਰ ਮੇਰੀ ਬੇਟੀ ਦਾ ਕੋਈ ਮੈਂ ਨੀ ਸੱਚ ਮੰਨਦੀ ਕਿ ਮੇਰੀ ਬੇਟੀ ਦੀ ਵੀਡੀਓ ਦਿਖਾ ਦਿਓ ਕਿ ਆਹ ਬੇਟੀ ਨੇ ਥੱਪੜ ਮਾਰਿਆ ਤੇ ਉਹ ਦੂਜਾ ਮੈਂ ਫਿਰ ਮੈਂ ਸੱਚ ਮੰਨੂ ਮੈਂ ਨੀ ਮੰਨ ਸਕਦੀ ਬੇਟੀ ਨੇ ਗੱਲਬਾਤ ਹੋਈ ਹੁੰਦੀ ਮੇਰੀ ਨੀ ਹੋਈ ਮੈਂ ਨਾ ਨਾ ਮਹਾਰਾਜ ਨੂੰ ਮੰਨਣ ਕੋਈ ਚਿੰਨ ਚਾਦਰ ਮੇਰੀ ਗੱਲ ਨੀ ਹੋਈ ਮੈਂ ਘੱਟ ਕਰਦੀ ਤਾਂ ਠੀਕ ਨੀ ਕਰਕੇ ਮੈਂ ਘੱਟ ਗੱਲ ਮੇਰੇ ਨਾਲ ਹੁੰਦੀ ਨੀ ਗੱਲ ਪਿਤਾ ਜੀ ਕਹਿੰਦੇ ਬਿਮਾਰ ਨੇ ਉਹਦੇ ਆਹੋ ਸਾਲ ਹੋ ਗਿਆ ਉਹਨਾਂ ਦੇ ਬਿਮਾਰ ਹੋਏ ਨਾ ਅਟੈਕ ਹੋ ਗਿਆ ਹਾਵੇ ਅੰਦਰ ਪਏ ਆਪ ਠਾ ਕੇ ਖੜੀਦਾ ਤੇ ਠਾ ਕੇ ਚਾਹ ਪਾਣੀ ਪਿਆਈਦਾ ਹੁਣ ਜਦੋਂ ਪਤਾ ਲੱਗਾ ਤੇ ਕਿੱਦਾਂ ਮਹਿਸੂਸ ਕਰਦੇ ਹੋ ਅਸੀਂ ਦੱਸਿਆ ਨੀ ਉਹ ਕਹਿੰਦੇ ਕਿ ਇਹ ਕਿੱਧਰ ਆਏ ਨੇ ਅਸੀਂ ਆਪਾਂ ਓਦਾਂ ਹੀ ਆਪਣੀਆਂ ਇਕੱਠੇ ਜੇ ਹੋਏ ਜੈਸੇ ਬੰਦੀ ਦਾ ਕਰਕੇ ਉਹਨਾਂ ਨੇ ਦੱਸਿਆ ਅਸੀਂ ਇਹ ਵੀ ਨੀ ਦੱਸਿਆ ਕੁਲਵਿੰਦਰ ਆਹ ਗੱਲ ਉੱਤੇ ਹੋਈ ਜਾਂ ਨਹੀਂ ਹੋਈ ਹੁਣ ਵੀ ਨੀ ਅਸੀਂ ਕੋਈ ਗੱਲ ਕੀਤੀ ਉਹਨੂੰ ਪਤਾ ਹੀ ਨੀ